ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਮਨਮੀਤ ਸਿੰਘ ਹੈ ਜੀ, ਅਤੇ ਮੈਂ ਦਿੱਲੀ ਕੈਂਟ ਨਿਵਾਸ ਕਰਦਾ। ਕੱਲ੍ਹ ਰਾਤ ਨੂੰ ਮੈਂ ਆਪਣੇ ਰੂਮ 'ਚ ਬੈਠਾ ਸੀ ਅਤੇ ਟੀ ਵੀ ਚੱਲ ਰਿਹਾ ਸੀਗਾ, ਅਤੇ ਕਲਰ ਚੈਨਲ ਚੱਲ ਰਿਹਾ ਸੀ, ਅਤੇ ਉਹਦੇ ਅੰਦਰ ਇੱਕ ਨਵਾਂ ਸੀਰੀਅਲ ਇਹ ਲੋਕ ਲਾਂਚ ਕਰ ਰਹੇ ਆ, ਛੋਟੀ ਸਰਦਾਰਨੀ, ਉਹਦਾ ਟ੍ਰੇਲਰ ਆਇਆ ਅਤੇ ਮੈਂ ਦੇਖਿਆ ਉਹਦੇ ਅੰਦਰ ਜੀ ਇਹਨਾਂ ਨੇ ਇੱਕ ਅਲੱਗ ਹੀ ਕੰਸੈਪਟ ਤਿਆਰ ਕਰ ਲਿਆ ਹੈ ਕਿ ਉਸ ਕੁੜੀ ਨੇ ਆਪਣੇ ਲਈ ਆਪ 5 ਕਕਾਰ ਤਿਆਰ ਕੀਤੇ ਆ। ਕਰਤੱਵ ਮਤਲਬ ਕੱਕੇ ਤੋਂ ਇਹਨਾਂ ਨੇ 5 ਸ਼ਬਦ ਲਾ ਕੇ ਅਤੇ ਕਹਿਤਾ ਜੀ ਇਹ 5 ਕਕਾਰ ਜਿਹੜੇ ਕੁੜੀ ਨੇ ਆਪ ਆਪਣੇ ਲਈ ਤਿਆਰ ਕੀਤੇ ਛੋਟੀ ਸਰਦਾਰਨੀ ਲਈ। ਅਤੇ ਇਹ ਬਹੁਤ ਬਹੁਤ ਗਲਤ ਮੈਸੇਜ ਸਾਰੇ ਸਮਾਜ 'ਤੇ ਜਿਹੜਾ ਜਾਏਗਾ, ਕਿਉਂਕਿ 5 ਕਕਾਰ ਇੱਕ ਬਹੁਤ ਵੱਡੀ ਬਲੈਸਿੰਗ, ਬਹੁਤ ਵੱਡੀ ਇੱਕ ਇਨਾਮਤ ਸਾਡੇ ਕੋਲ ਹੈ ਜਿਹੜੀ ਸਾਨੂੰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ੀ ਹੈ। ਅਤੇ ਸ਼ਾਇਦ ਸਾਰੇ ਇਸ ਚੀਜ਼ ਨੂੰ ਨਹੀਂ ਸਮਝ ਸਕਦੇ, ਲੇਕਿਨ ਅਸੀਂ ਲੋਕ ਜਾਣਦੇ ਹੋਏ ਵੀ ਜੇ ਅਣਜਾਣ ਬਣੇ ਰਹੀਏ ਤਾਂ ਇਹ ਸਾਡੇ ਲਈ ਬਹੁਤ ਬਹੁਤ ਖਰਾਬ ਗੱਲ ਹੋਏਗੀ ਜੀ, ਕਿਉਂਕਿ ਛੋਟੀ ਸੋਚ ਅਤੇ ਜਿਹੜੇ ਨੌਨਸਿਕ ਨੇ, ਜਿਹੜੇ ਸਾਡੇ ਪੰਥ ਬਾਰੇ ਜਾਂ ਸਾਡੇ ਕਕਾਰਾਂ ਬਾਰੇ ਨਹੀਂ ਜਾਣਦੇ, ਉਹ ਇਸੀ ਚੀਜ਼ ਨੂੰ ਐਕਸੈਪਟ ਕਰਕੇ ਅਤੇ ਇੱਕ ਅਜੀਬ ਜਿਹਾ ਮਾਹੌਲ ਇਹ ਕ੍ਰੀਏਟ ਕਰ ਸਕਦੀ ਹੈ ਚੀਜ਼। ਅਤੇ ਮੇਰੀ ਸਾਰੀ ਸਿੱਖ ਬੰਦੀਆਂ ਅੱਗੇ, ਸਿਰਸਾ ਸਾਹਿਬ ਅੱਗੇ, ਦਮਦਮੀ ਟਕਸਾਲ ਜੀ ਅੱਗੇ ਅਤੇ ਆਪਣੇ ਅਕਾਲ ਤਖ਼ਤ ਸਾਹਿਬ ਅੱਗੇ ਇਹ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਆਪ ਜੀ ਇਸ ਚੀਜ਼ ਦਾ ਸੰਗਿਆਨ ਲੈਂਦੇ ਹੋਏ ਜੋ ਵੀ ਰੈਕਟੀਫਿਕੇਸ਼ਨ ਇਹਦੇ ਅੰਦਰ ਕਰਨੀ ਹੈ ਸੀਰੀਅਲ ਅੰਦਰ, ਉਹ ਕੀਤੀ ਜਾਏ। ਕਿਉਂਕਿ ਸੀਰੀਅਲ ਲਾਂਚ ਹੋਣ ਦੇ ਬਾਅਦ ਅਸੀਂ ਪ੍ਰਦਰਸ਼ਨ ਕਰੀਏ ਜਾਂ ਅਸੀਂ ਤੋੜਫੋੜ ਕਰੀਏ, ਉਹਦਾ ਕੋਈ ਲੌਜਿਕ ਨਹੀਂ ਹੈ। ਆਪ ਸਭ ਲਈ ਸਭ ਅੱਗੇ ਮੇਰੀ ਬੇਨਤੀ ਹੈ ਜੀ, ਪਲੀਜ਼ ਇਹ ਛੋਟੀ ਜਿਹੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਇਸ ਚੀਜ਼ 'ਤੇ ਪਲੀਜ਼ ਕੋਈ ਨਾ ਕੋਈ ਇੱਕ ਡਿਸਿਪਲਿਨਰੀ ਐਕਸ਼ਨ ਲਿੱਤਾ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।